मेरी तरफों सारे नूं सत श्री अकाल, नमस्कार ते गुड इवनिंग्स। साडे कोले काफ़ी व्यूवर्स ने रिकमेंड किया सी कि एक वीडियो उन्हां लई बनाई जाए जिन्हां की उम्र 35 साल तो उपर है, भी वह कनेडा जा के की कारोबार कर सकते हैं। सब तो पहले तो मैं तुहानूं दसना चाहूँगा कि कनेडा दे विचकार कोई वैसे रिटायरमेंट एज 65 ईयरस होंदी है, जबकि भारत में 58 ईयरस है। तो जे वैसे गिन के चलीए तो इतने कोई किसी को रिटायर नहीं करता, चाहे गवर्नमेंट जॉब करो चाहे प्राइवेट करो, जब तक तुम कोई उल्टा सीधा काम नहीं करते, भी शमशान घाट तक तुम काम कर सकते, कोई दिक्कत वाली गल नहीं है। पर जेड़े इंसान या पेरेंट्स या स्पाउस वीजे देते बाद चाहते ने 35 साल तो बाद वाली उम्र चाहते ने, तो मैं तुहानूं 18-20 कामों की लिस्ट दस रहा जिहड़े काम इत्थे आके कर सकते ने। एक तो की है कि इत्थे एक सैल्फ स्टार्टर वीज़ा हुंदा है, जे तुसीं विदेश तो आके कनेडा च कोई भी बिजनेस स्टार्ट करदे जी, इत्थे बिजनेस स्टार्ट करन लई बहुते पैसों की लोड़ नहीं हुंदी, तो इहदी जानकारी तुसीं साडे कोल वक्रे तौर ते टेलीफोन उत्ते लै सकदे जी। उन्हों आपां इंडिया च कहिंदे बिजनेस करना बिजनेस वीज़ा, तो कनेडा च असीं उन्हों कहिंदे सैल्फ स्टार्टर वीज़ा। तुसीं आपदी टैक्सी चला सकदे जी, तो टैक्सी चलाउणी बहुत आसान हुंदी है। कारण की हुंदा है कि टैक्सी कार एक हुंदी है, 12 घंटे उन्हों मालक चलाउंदा, तो 12 घंटे वह किसी नूं किराए ते दे दिंदा, फिर तुसीं चलाओ उन्हें लमसम तुहाडे कोल पैसे लै लैणे आ, चाहे तुहाडी रात नूं कार चले चाहे ना चले। पर इन्हां वैसटर्न कंट्री च कारां दिन रात चलदियां रहिंदियां ने, क्योंकि मोस्टली फ्लाइट्स जिहड़ियां रात नूं आउंदियां ने। अपनी खेतीबाड़ी कर सकते हो, खेतीबाड़ी इत्थे बहुत आसान हुंदी है, तो ईवन 5 एकड़ तुहाडे कोल फलां दा बाग होवे, तुसीं बहुत चंगे पैसे कमाउंदे जी। कारण की हुंदा, एक तां प्रोड्यूस की कीमत बहुत चंगी मिलती है, दूजा की है कि जिवें एक लाइन जिहड़ी आ ਉਹ ਜਨਵਰੀ 'ਚ ਲੱਗਦੀ ਹੈ, ਦੂਜੀ ਫਰਵਰੀ 'ਚ, ਤੀਜੀ ਮਾਰਚ ਵਿਚਕਾਰ, ਹਰ ਮਹੀਨੇ ਤੁਹਾਨੂੰ ਫਲਾਂ ਦੀ ਉੱਥੋਂ ਮਿਲਦੇ ਨੇ, ਅਤੇ ਤੁਹਾਡੀ ਜਿਹੜੀ ਆ ਇਨਕਮ ਜਿਹੜੀ ਆ ਸਾਰਾ ਸਾਲ ਚੱਲਦੀ ਰਹਿੰਦੀ ਹੈ। ਜਿਹੜੇ ਆਪਣੇ ਪੋਤਰਾ ਪੋਤਰੀ ਦੋਤਰਾ ਦੋਤਰੀ ਨੂੰ, ਕਿਉਂਕਿ ਕਨੇਡਾ 'ਚ ਕਾਨੂੰਨ ਹੈ ਕਿ 14 ਸਾਲ ਤੋਂ ਥੱਲੇ ਵਾਲੇ ਬੱਚੇ ਨੂੰ ਘਰ 'ਚ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ, ਮੋਸਟਲੀ ਜਿਹੜੇ ਮੀਆਂ ਬੀਬੀ ਉਹ ਆਪਦੀ ਜੋਬ ਕਰਦੇ ਨੇ, ਅਤੇ ਉਹਨਾਂ ਦੇ ਬੱਚਿਆਂ ਨੂੰ ਸਾਂਭਣ ਵਾਸਤੇ ਜਿਹੜੀ ਆ ਉਹ ਬਜ਼ੁਰਗ ਘਰ 'ਚ ਹੁੰਦੇ ਨੇ, ਤਾਂ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਜੇ ਆਪਾਂ ਬਾਹਰੋਂ ਕੋਈ ਬੰਦਾ ਰੱਖਾਂਗੇ ਤਾਂ, ਜਾਂ ਉਹਨੂੰ ਕਰੈਚ ਵਿੱਚ ਛੱਡਾਂਗੇ ਤਾਂ ਬੜਾ ਮਹਿੰਗਾ ਪੈਂਦਾ, ਅਤੇ ਇਸ ਕਰਕੇ ਉਹ ਵੀ ਕੰਮ ਜਿਹੜਾ ਆਪਾਂ ਨੂੰ ਹੀ ਕਰਨਾ ਪੈਂਦਾ। ਸੋ ਆਪਣਾ ਕਰੈਚ ਖੋਲ੍ਹ ਸਕਦੇ ਜੀ। ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਵਿੱਚ ਕਲੀਨਿੰਗ ਦੇ ਕੰਟਰੈਕਟ ਲੈ ਸਕਦੇ ਜੀ। ਦੇਖੋ ਇੱਥੇ ਇੰਡੀਆ ਵਾਂਗੂ ਝਾੜੂ ਪੋਚਾ ਨਹੀਂ ਲਾਉਣਾ ਪੈਂਦਾ, ਇੱਥੇ ਮਸ਼ੀਨਾਂ ਦੇ ਉੱਪਰ ਬੈਠ ਜਾਈਦਾ ਅਤੇ ਉਹਦੇ ਪਾਣੀ ਭਰ ਦੇਈਦਾ, ਅਤੇ ਉਹਨੂੰ ਬਿਜਲੀ ਦੀ ਬੈਟਰੀ ਨਾਲ ਚੱਲਦਾ, ਅਤੇ ਉਹ ਤੁਹਾਨੂੰ ਤੁਸੀਂ ਉਹਦੀ ਬਿਲਡਿੰਗਾਂ ਦੀ ਸਫਾਈ ਕਰਦੇ ਜੀ। ਅਤੇ ਸਫਾਈ ਦਾ ਕੰਮ ਉਦੋਂ ਨਹੀਂ ਹੁੰਦਾ ਜਦੋਂ ਆਫਿਸ ਦਾ ਵਰਕਿੰਗ ਆਵਰ ਹੁੰਦਾ, ਇਹ ਕੰਮ ਵਰਕਿੰਗ ਆਵਰ ਤੋਂ ਬਾਅਦ ਵਿੱਚ ਕੀਤਾ ਜਾਂਦਾ, ਤਾਂ ਕਿ ਪਬਲਿਕ ਦਾ ਕੰਮ ਨਾ ਡਿਸਟਰਬ ਹੋਵੇ ਅਤੇ ਦਫ਼ਤਰੀ ਕਰਮਚਾਰੀਆਂ ਦਾ ਟਾਈਮ ਨਾ ਖਰਾਬ ਹੋਵੇ। ਕੰਸਟਰਕਸ਼ਨ ਸਿਕਿਉਰਿਟੀ ਗਾਰਡ ਦੀ ਡਿਊਟੀ ਕਰ ਸਕਦੇ ਹੋ। ਜੇਕਰ ਤੁਹਾਡੇ ਪਾਸ ਕਲਾਸ 4 ਲਾਈਟ ਵਹੀਕਲ ਡਰਾਈਵਿੰਗ ਲਾਇਸੈਂਸ ਹੈ ਤਾਂ ਲੇਬਰ ਸਪਲਾਈ ਕੰਟਰੈਕਟਰ ਤੁਸੀਂ ਬਣ ਸਕਦੇ ਜੀ। ਦੇਖੋ ਕੀ ਹੁੰਦਾ ਹੈ ਕਿ ਲੇਬਰ ਸਪਲਾਈ, ਸਪੋਜ਼ ਕਰੋ ਵੀ ਕਿਸੇ ਨੂੰ ਖੇਤ ਦੇ ਵਿਚਕਾਰ ਲੇਬਰ ਲੈ ਕੇ ਜਾਣੀ ਹੈ 10-15 ਬੰਦੇ ਫਲ ਤੋੜਨ ਵਾਸਤੇ, ਤੁਸੀਂ ਸਾਰਿਆਂ ਦੇ ਘਰ ਦਾ ਐਡਰੈਸ ਤੁਹਾਡੇ ਕੋਲ ਹੁੰਦਾ, ਤੁਸੀਂ ਸਾਰਿਆਂ ਨੂੰ ਮੋਰਨਿੰਗ ਟਾਈਮ ਪਿਕਅਪ ਕਰਨਾ ਹੁੰਦਾ ਅਤੇ ਸ਼ਾਮੀ ਉਹਨਾਂ ਨੂੰ ਵਾਪਸ ਲਿਆ ਕੇ ਉਹਨਾਂ ਦੇ ਘਰ ਛੱਡਣਾ ਹੁੰਦਾ, ਅਤੇ ਉਹ ਜਿਹੜਾ ਤੁਹਾਡਾ ਮਾਲਕ ਹੈ ਉਹਨੇ ਇੱਕ ਬੰਦੇ ਨੂੰ ਤੁਹਾਨੂੰ ਉਹਨਾਂ ਦੀ ਤਨਖਾਹ ਦੇਣੀ ਹੈ, ਤੁਸੀਂ ਹੀ ਉਹਨਾਂ ਦਾ ਟੈਕਸ ਕੱਟ ਕੇ ਗੌਰਮੈਂਟ ਨੂੰ ਜਮ੍ਹਾਂ ਕਰਾਉਣਾ ਹੈ, ਅਤੇ ਤੁਸੀਂ ਹਰ ਜਿਹੜਾ ਵਰਕਫੋਰਸ ਹੈ ਉਹਨਾਂ ਦੇ ਬੈਂਕ ਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਨੇ ਜਾਂ ਉਹਨਾਂ ਨੂੰ ਕੈਸ਼ ਵਿੱਚ ਪੇਮੈਂਟ ਕਰਨੀ ਹੈ। ਆਪਣਾ ਰੈਸਟੋਰੈਂਟ ਜਾਂ ਪੱਬ ਖੋਲ੍ਹ ਸਕਦੇ ਜੀ। ਦੇਖੋ ਇੱਥੇ ਰੈਸਟੋਰੈਂਟ ਅਤੇ ਪੱਬ ਦਾ ਕੰਮ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਮੋਸਟਲੀ ਘਰਾਂ ਦੇ ਵਿਚਕਾਰ ਰੋਟੀ ਆਪਣੀ ਕਮਿਊਨਿਟੀ ਤਾਂ ਬਣਾਉਂਦੀ ਹੈ, ਪਰ ਜਿਹੜੀ ਦੂਜੀ ਵਾਈਟ ਕਮਿਊਨਿਟੀ ਹੈ ਉਹਨਾਂ ਨੇ ਤਾਂ
ਬਣਿਆ ਬਣਾਇਆ ਖਾਣਾ ਲੈਣਾ ਡਰਾਈਵ ਥਰੋ ਦੇ, ਅਤੇ ਉਹਨਾਂ ਨੇ ਸ਼ਾਮੀ ਬੀਅਰ ਪੀਣੀ ਹੈ, ਉਹ ਵੀ ਪੱਬ ਜਾ ਕੇ ਘਰੇ ਨਹੀਂ ਪੀਣੀ, ਉਹ ਪੈਸੇ ਦੀ ਕੰਜੂਸੀ ਨਹੀਂ ਕਰਦੇ। ਅਤੇ ਇਹ ਵੀ ਤੁਹਾਨੂੰ ਮੈਂ ਦੱਸਣ 'ਚ ਸੰਕੋਚ ਨਹੀਂ ਕਰੂੰਗਾ ਕਿ ਕਈ ਵਾਰ ਉਹਨਾਂ ਦਾ ਬਿੱਲ ਘੱਟ ਹੁੰਦਾ ਅਤੇ ਟਿਪ ਜ਼ਿਆਦਾ ਹੁੰਦੀ ਹੈ, ਅਤੇ ਟਿਪ ਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ, ਅਤੇ ਟਿਪ ਇੱਕ ਹੀ ਬੰਦੇ ਨੂੰ ਨਹੀਂ ਮਿਲਦੀ, ਉਹ ਜਿਹੜੇ ਵੀ ਰੈਸਟੋਰੈਂਟ ਵਿਚਕਾਰ ਜਿੰਨੇ ਇੰਪਲਾਈ ਹੁੰਦੇ ਆ ਉਹ ਆਪਸ ਵਿੱਚ ਕੈਸ਼ ਵਿੱਚ ਉਹਨੂੰ ਵੰਡਦੇ ਨੇ। ਆਪਣਾ ਮੋਬਾਈਲ ਕੈਟਰਿੰਗ ਪ੍ਰੋਵਾਈਡ ਕਰ ਸਕਦੇ ਹੋ। ਦੇਖੋ ਕੀ ਹੁੰਦਾ ਹੈ ਕਿ ਇਹਨਾਂ ਦੇਸ਼ਾਂ 'ਚ ਸ਼ਾਮ ਦੇ 10 ਵਜੇ ਤੋਂ ਬਾਅਦ ਤੁਸੀਂ ਕੋਈ ਫੰਕਸ਼ਨ ਨਹੀਂ ਕਰ ਸਕਦੇ ਐਕਸੈਪਟ ਮੈਰਿਜ ਪੈਲੇਸ ਦੇ ਵਿਚਕਾਰ। ਮੈਰਿਜ ਪੈਲੇਸ ਵੀ ਤਾਂ ਹੁੰਦਾ ਹੈ ਕਿ ਉਹਦੇ 2 ਦਰਵਾਜ਼ੇ ਹੁੰਦੇ ਨੇ, ਜੇ ਤੁਸੀਂ ਅੰਦਰਲੇ ਦਰਵਾਜ਼ੇ ਤੋਂ ਬਾਹਰ ਆ ਗਏ ਤਾਂ ਬਾਹਰਲਾ ਦਰਵਾਜ਼ਾ ਬੰਦ ਰਹੇਗਾ, ਅਤੇ ਬਾਹਰਲੇ ਥਾਨੀ ਖੋਲ੍ਹ ਦਿਓਗੇ ਤਾਂ ਅੰਦਰਲਾ ਦਰਵਾਜ਼ਾ ਬੰਦ ਰਹੇਗਾ, ਤਾਂ ਕਿ ਅੰਦਰਲੀ ਇਨਵਾਇਸ ਬਾਹਰ ਨਹੀਂ ਜਾਊਗੀ। ਸੋ ਇਸ ਕਰਕੇ ਲੋਕ ਘਰ ਬਰਥਡੇ ਮਨਾਉਣਾ, ਮੈਰਿਜ ਐਨਵਰਸਰੀ ਮਨਾਉਣੀ, ਇੰਗੇਜਮੈਂਟ ਸੈਰੇਮਨੀ ਕਰਨੀ, ਰਿੰਗ ਸੈਰੇਮਨੀ ਕਰਨੀ, ਅਤੇ ਸ਼ਾਵਰ ਪਾਰਟੀਜ਼ ਵਗੈਰਾ ਕਰਨੀਆਂ, ਇਹ ਕੰਮ ਜਿਹੜੇ ਆ ਇਹ ਘਰ ਹੀ ਕਰਦੇ ਨੇ, ਅਤੇ ਉਹਨਾਂ ਦਾ 10 ਵਜੇ ਤੋਂ ਬਾਅਦ ਕੰਮ ਖਤਮ ਹੋ ਜਾਂਦਾ, ਕਿਉਂਕਿ 10 ਵਜੇ ਤੋਂ ਬਾਅਦ ਤੁਸੀਂ DJ ਵਗੈਰਾ ਜਾਂ ਲੋਕਾਂ ਨਾਲ ਡਿਸਟਰਬੈਂਸ ਨਹੀਂ ਕਰ ਸਕਦੇ। ਸੋ ਇਸ ਕਰਕੇ ਤੁਸੀਂ ਮੋਬਾਈਲ ਕੈਟਰਿੰਗ ਦਾ ਕੰਮ ਵੀ ਕਰ ਸਕਦੇ ਜੀ, ਡੋਰ ਟੂ ਡੋਰ ਡਿਲੀਵਰੀ ਦਾ ਕੰਮ ਕਰ ਸਕਦੇ ਹੋ। ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਐਮਾਜ਼ੋਨ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਔਨਲਾਈਨ ਮਾਲ ਸਪਲਾਈ ਕਰਦੀਆਂ ਨੇ, ਵੀ ਉਹਨੂੰ ਤੁਸੀਂ ਫੋਨ 'ਤੇ ਔਡਰ ਕਰਦੇ ਜੇ, ਕ੍ਰੈਡਿਟ ਕਾਰਡ 'ਤੇ ਪੇਮੈਂਟ ਕਰ ਦਿੰਦੇ ਜੀ, ਤਾਂ ਉਹ ਡੋਰ ਟੂ ਡੋਰ ਡਿਲੀਵਰ ਕਰਦੇ ਨੇ। ਅਤੇ ਕੋਈ ਵੀ ਆਦਮੀ ਇਹ ਪਾਰਟ ਟਾਈਮ ਵੀ ਕੰਮ ਕਰ ਸਕਦਾ, ਅਤੇ ਉਹਨਾਂ ਦਾ ਦਫ਼ਤਰ 24 ਆਵਰ 3 ਸ਼ਿਫਟਾਂ 'ਚ ਚੱਲਦਾ। ਸਕੂਲ ਬੱਸ ਦੇ ਡਰਾਈਵਰ ਲੱਗ ਸਕਦੇ ਹੋ। ਦੇਖੋ ਕੀ ਹੁੰਦਾ ਹੈ ਕਿ ਕੈਨੇਡਾ 'ਚ ਸਿਸਟਮ ਥੋੜ੍ਹਾ ਡਿਫਰੈਂਟ ਹੈ। ਇੱਥੇ ਸਕੂਲ ਪਿੰਡਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਵੀ ਬੱਚਿਆਂ ਨੂੰ ਸਰਕਾਰ ਲਿਆਉਂਦੀ ਹੈ ਸਕੂਲ ਦੇ ਵਿੱਚ, ਸ਼ਹਿਰ ਵਾਲੇ ਸਕੂਲ, ਅਤੇ ਵਾਪਸ ਉਹਨੂੰ ਛੱਡਦੀ ਹੈ ਉਹਦੇ ਘਰ। ਇਹ ਕੰਮ ਟੈਕਸੀ ਵਾਲਿਆਂ ਨੂੰ ਅਤੇ ਮਿੰਨੀ ਬੱਸ ਵਾਲਿਆਂ ਨੂੰ ਦਿੱਤੀ ਜਾਂਦੀ ਹੈ, ਅਤੇ ਸਕੂਲ ਬੱਸ ਵਾਲਿਆਂ ਨੂੰ ਮੋਸਟਲੀ 4 ਘੰਟੇ ਤਨਖਾਹ ਮਿਲਦੀ ਹੈ, ਕਿਉਂਕਿ ਸਵੇਰੇ ਉਹ ਸਕੂਲ 'ਚ ਜਵਾਕਾਂ ਨੂੰ ਛੱਡ ਦਿੰਦੇ ਨੇ, ਆਪਦੀ ਕਾਰ ਲੈ ਜਾਂਦੇ ਨੇ ਘਰੋਂ, ਕਾਰ ਖੜ੍ਹੀ ਕਰਕੇ ਸਕੂਲ ਬੱਸ ਚੱਕੀ, ਬੱਚਿਆਂ ਨੂੰ ਕਲੈਕਟ ਕੀਤਾ, ਸਕੂਲ ਛੱਡਤਾ, ਅਤੇ ਬੱਸ ਉੱਥੇ ਛੱਡਤੀ, ਕਾਰ ਚੱਕੀ, ਘਰ ਚਲੇ ਗਏ, ਸ਼ਾਮੀ ਉਹਨਾਂ ਨੂੰ ਵਾਪਸ ਘਰੋਂ ਘਰੀ ਛੱਡਤਾ। ਤੋ ਉਹਨਾਂ ਨੂੰ 4 ਘੰਟੇ ਪਾਰਟ ਟਾਈਮ ਦੀ ਜੋਬ ਮਿਲਦੀ ਹੈ, ਅਤੇ ਬਜ਼ੁਰਗ ਬੰਦੇ ਮੋਸਟਲੀ ਇਹ ਕੰਮ ਕਰਦੇ ਨੇ, ਕਿਉਂਕਿ 8 ਘੰਟੇ ਦਾ ਫਿਜ਼ੀਕਲ ਕੰਮ ਕਰਨਾ ਥੋੜ੍ਹਾ ਮੁਸ਼ਕਲ ਵੀ ਹੁੰਦਾ, ਅਤੇ ਉਹ ਇਹ ਕੰਮ ਕਰ ਸਕਦੇ ਨੇ। ਫਿਰ ਲੀਕਰ ਸਟੋਰ ਵਿੱਚ ਕੈਸ਼ੀਅਰ ਦਾ ਕੰਮ ਕਰ ਸਕਦੇ ਨੇ, ਬੈਂਕਾਂ ਦੇ ਵਿਚਕਾਰ ਕੈਸ਼ੀਅਰ ਦੇ ਤੌਰ 'ਤੇ ਕੰਮ ਕਰ ਸਕਦੇ ਨੇ, ਜਿੰਨੇ ਵੀ ਸੇਲਜ਼ ਆਊਟਲੈਟ ਨੇ, ਵੀ ਇੱਥੇ ਦੁਕਾਨਾਂ ਨਹੀਂ ਹੁੰਦੀਆਂ ਜਿਵੇਂ ਆਪਣੇ ਭਾਰਤ ਵਿੱਚ ਹੁੰਦੀਆਂ ਨੇ, ਅਤੇ ਇੱਥੇ ਇਨਸਾਨ ਆਪਦਾ ਸਾਰਾ ਸਮਾਨ ਇਕੱਠਾ ਕਰਕੇ ਲਿਆ ਕੇ ਇੱਕ ਜਗ੍ਹਾ ਪੇਮੈਂਟ ਕਰਕੇ ਫਿਰ ਬਾਹਰ ਜਾ ਸਕਦਾ। ਸੋ ਤੁਸੀਂ ਉਸ ਕੈਸ਼ ਕਾਊਂਟਰ 'ਤੇ ਲੱਗ ਸਕਦੇ ਜੀ। ATM ਕੈਸ਼ ਫਿਲਰ ਵੱਲੋਂ ਕੰਮ ਕੀਤਾ ਜਾ ਸਕਦਾ, ਕਿਉਂਕਿ ਸਾਡੇ ਕੈਨੇਡਾ ਵਿਚਕਾਰ ਕੈਸ਼ ਦਾ ਕੰਮ ਬਹੁਤ ਘੱਟ ਹੁੰਦਾ, ਸਿਰਫ ਕੁਛ ਖਾਸ ਕਾਰਨਾਂ ਕਰਕੇ ਤੁਸੀਂ ਕੈਸ਼ ਡਰਾ ਕਰਦੇ ਜੀ, ਅਤੇ ਉਹ ATM ਜਿਹੜੀ ਹੈ ਬੈਂਕਾਂ 'ਚ ਨਹੀਂ ਹੁੰਦੀ, ATM ਕਈ ਜਗ੍ਹਾ ਲੱਗੀ ਹੁੰਦੀ ਹੈ। ਤੁਹਾਡਾ ਕੰਮ ਕੀ ਆ, ਤੁਹਾਡੇ ਕੋਲ ਕੰਪਿਊਟਰ 'ਤੇ ਮੈਸੇਜ ਆ ਜਾਂਦਾ ਕਿ ਉਹਦੇ ਕੋਲ ਕਿੰਨੇ ਪੈਸੇ ਰਹਿ ਗਏ ਅਤੇ ਕਿੰਨੇ ਤੁਸੀਂ ਹੋਰ ਪਾਉਣੇ ਨੇ, ਉਹਨਾਂ ਦੀ ਇੱਕ ਲਿਮਿਟ ਸੈੱਟ ਹੁੰਦੀ ਹੈ, ਔਰ ਤੁਸੀਂ ਐਜ ਏ ਸਕਿਉਰਿਟੀ ਵੈਨ ਹੁੰਦੀ ਹੈ, ਉਹਦਾ ਬੋਡੀਗਾਰਡ ਹੁੰਦਾ, ਤੁਸੀਂ ਜਾ ਕੇ ਉਹ ਪੈਸਾ ਫਿਲਅਪ ਕਰਦੇ ਜੇ, ਅਤੇ ਜੇ ਉਹਨੇ ਕੈਸ਼ ਜਮ੍ਹਾਂ ਕਰਾ ਤਾਂ ਕੈਸ਼ ਕਢਾ ਕੇ ਲਿਆ ਕੇ ਕਾਊਂਟਿੰਗ ਕਰਕੇ ਬੈਂਕ ਨੂੰ ਹੈਂਡਓਵਰ ਕਰਦੇ ਜੇ। ਸਿਨੇਮਾ ਹਾਲ ਵਿੱਚ ਟਿਕਟ ਕਲਰਕ ਲੱਗ ਸਕਦੇ ਜੇ, ਕਾਰ ਪਾਰਕਿੰਗ ਜਾਂ ਟਰੱਕ ਪਾਰਕਿੰਗ ਦੇ ਅਟੈਂਡੈਂਟ ਲੱਗ ਸਕਦੇ ਜੀ, ਲੋਕਲ ਟਰੱਕਿੰਗ ਡਰਾਈਵਰ ਜਿਹੜੇ ਲੋਕਲ ਡਰਾਈਵਰ ਨੇ ਉਹ 'ਤੇ ਡਰਾਈਵਰ ਲੱਗ ਸਕਦੇ ਜੀ, ਸਕਿਉਰਿਟੀ ਗਾਰਡ ਦੀ ਦੇ ਤੌਰ 'ਤੇ ਵੀ ਕੰਮ ਕਰ ਸਕਦੇ ਜੀ, ਲੋਕਲ ਸ਼ਿਫਟ ਦੇ ਉੱਤੇ ਐਜ ਏ ਕਰਿਊ ਕੰਮ ਕਰ ਸਕਦੇ ਜੀ, ਜਿਵੇਂ ਕੋਈ ਇਲੈਕਟ੍ਰੀਸ਼ਨ ਹੈ, ਜੇ ਕੋਈ ਸੀਮੈਨ ਹੈ, ਕੋਈ ਨੈਵੀਗੇਟਰ ਹੈ, ਤਾਂ ਸਾਡੇ ਇੱਥੇ ਕੈਨੇਡਾ ਵਿਚਕਾਰ ਸਮੁੰਦਰੀ ਤੱਟ ਦੇ ਨਾਲ ਨਾਲ ਫੈਰੀਜ਼ ਚੱਲਦੀਆਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੈਸੰਜਰ ਨੂੰ ਲਿਜਾਣ ਵਾਸਤੇ, ਅਤੇ ਉਹਦੇ ਵਿਚਕਾਰ ਜੋਬ ਕਰ ਸਕਦੇ ਨੇ, ਫਿਸ਼ਿੰਗ ਬੋਟਸ 'ਤੇ ਕੰਮ ਹੋ ਸਕਦਾ ਹੈ, ਜੇਲ ਵਾਰਡਨ ਵਿੱਚ ਕੰਮ ਦੇ ਤੌਰ 'ਤੇ ਲੱਗ ਸਕਦੇ ਜੀ, ਅਤੇ ਕਲੀਨਿੰਗ ਕੰਟਰੈਕਟ ਲੈ ਸਕਦੇ ਜੀ। ਸੋ ਇਸ ਤਰੀਕੇ ਦੇ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਬਜ਼ੁਰਗ ਹੀ ਕਰਦੇ ਨੇ, ਅਤੇ ਉਹਨਾਂ ਵਾਸਤੇ ਉਹਨਾਂ ਨੇ ਉਹ ਹੀ ਸਹੂਲਤ ਬਣਾਈ ਹੁੰਦੀ ਹੈ, ਅਤੇ ਉੱਥੇ ਹੀਟਿੰਗ ਸਿਸਟਮ ਹੁੰਦਾ ਹੈ, ਜੇ ਗਰਮੀਆਂ ਤਾਂ ਏਅਰ ਕੰਡੀਸ਼ਨਿੰਗ ਹੁੰਦੀ ਹੈ, ਸੋ ਉਹਨਾਂ ਨੂੰ ਕੰਮ ਕਰਨ 'ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਔਰ ਜੇ ਉਹ 10 ਸਾਲ ਕੈਨੇਡਾ 'ਚ ਰਹਿ ਲੈਂਦੇ ਨੇ
या नाल काम कर लेंदे ने तां उन्हां नूं पेंशन मिल सकती है। सो जिहड़ी बाकी कैटागरियां उह असीं अगली वीडियो 'च कवरअप करांगे। सो जे तुहानूं ठीक लगे तां तुसीं इहनूं आपदे यारां दोस्तां दे नाल ते रिश्तेदारां नाल इहनूं शेयर कर सकदे जी, ताकि उह वी इसदा लाहा लै सकदे ने। थैंक यू वेरी मच। स्टे कनैक्टेड विद अस।